ਅਸਲਾਮ ਵਾਲੇਕੁਮ ਭਾਈ ਗੋ ਭੈਣਾਂ ਮਾਇਆ ਪ੍ਰੋ ਮਾਇਆ ਤੋਂ ਮਾਇਆ ਭੈਣਾਂ ਭਰਾ ਸਾਰਿਆਂ ਕੀ ਪਿਆਰ ਭਰਿਆ ਸਲਾਮ। ਕੋਈ ਹੋਸ਼ ਮਤ ਨਾ ਸਾ, ਗਰਮੀ ਇਤਨੀ ਬੇਸਰੀ ਜਿਸ ਨਾਲ ਕੋਈ ਹਿਸਾਬ ਨਹੀਂ। ਅੱਜ ਥੱਸਦੇ ਆ, ਅੱਜ ਬਹੁਤ ਗਰਮੀ ਹੋਈ ਦਿਹਾੜੀ, ਬਹੁਤ ਗਰਮੀ। ਹੁਣ 6 ਵੇ ਤਾਂ ਕੋਈ ਨਾ ਲੱਛੇ ਕੰਮ ਕਰ ਲਓ, ਆਉਣ ਲੱਗੇ ਖਾਣੇ ਤਾਂ ਕੀ ਬਣਿਆ ਜੇ ਕਿਤੇ ਜਾਣੇ ਦਿਲ ਨਹੀਂ। ਨਾ ਤਾਂ ਹੁਣ ਬਾਰਿਸ਼ ਸ਼ੁਰੂ ਹੋਈ ਥੋੜ੍ਹੀ, ਜਦ ਭਰਾ ਸੀ ਉੱਠ ਸੀ ਤਾਂ ਬਾਰਿਸ਼ ਹੋਈ, ਤਾਂ ਬਹੁਤ ਗਰਮੀ ਪਈ ਨਾ। ਮੌਸਮ ਤਾਂ ਠੀਕ ਹੋਣਾ ਅਜੇ, ਜੇ ਘੜੀਆਂ ਪੈਣ ਨਾਲ ਜੇ ਬਹੁਤ ਅੱਗੇ ਗਰਮੀ ਚੱਲ ਨਾ ਵੈ, ਤਾਂ ਪਹਿਲਾਂ ਬਹੁਤ ਗਰਮੀ ਸੀ ਰਹੇ ਜੀ, ਘੜੀਆਂ ਹੁਣ ਪੈਣੀਆਂ ਥੋੜ੍ਹੀਆਂ ਥੋੜ੍ਹੀਆਂ। ਇੰਨਾ ਉਲਟਾ ਭਰਾ ਸੀ ਉੱਠ ਸੀ ਤਾਂ ਬਹੁਤ ਗਰਮੀ ਹੋਈ ਹੈ, ਇਤਨੀ ਜਿਸ ਨਾਲ ਕੋਈ ਅੰਦਾਜ਼ਾ ਨਹੀਂ, ਬਰਦਾਸ਼ਤ ਕਰਨੇ ਕਾਬੂਲ ਨਹੀਂ ਰਹਿਣੀ। ਮੈਂ ਤਾਂ ਪਰਸੋਂ ਲਈ ਦਾ ਵਿਸ਼ੇ ਨਾ ਸੱਸਾ ਦੇ ਨਾਲ ਨਿਕਲੇ ਵੇਲੇ ਸੋਚਿਸ਼ ਕਿ ਜਾਂ ਛਾਪਾਂ ਪਰ ਜਾਂ ਤਾਂ ਘਰ ਸਾਨ ਭੁੱਲ ਕੇ ਪੱਖਾ ਲਾਇਆ ਸਾਰਾ ਪੱਖੇ ਉਸਨੇ ਦਿਲ ਨਾ ਸਾਰੀ ਇਤਨੀ ਗਰਮੀ ਸੀ। ਉਹ ਬਾਰਿਸ਼ ਹੋਈ ਹੋਈ ਆ, ਅਜੇ ਲੱਗੇ ਘੜੀਆਂ ਥੋੜ੍ਹੀਆਂ ਥੋੜ੍ਹੀਆਂ ਪੁੱਛਾ ਲੁਕੀ ਤੁਹਾਨੂੰ ਘੜੀ ਹੋਈ। ਤੂੰ ਸੋਚੀ ਸੋਚੀ ਮੈਂ ਜਾਣਾ ਤਾਂ ਪਿਆ ਸੀ, ਜਾਸਾਂ ਤਾਂ ਕਿ ਜਾਸਾਂ ਰਾਤੀ ਸਾਲ ਨੂੰ ਬਣਾਇਆ ਸਾਰਾ ਚੱਖਿਆ ਨਹੀਂ ਕਿਸੇ ਗਰਮੀ ਨੇ ਮਾਰਿਆ ਉੱਥੇ ਟੀਆ ਵਾ, ਹੁਣ ਫਿਰ ਘਰ ਬਣਾਇਆ ਸਾਲੂ ਸ਼ਾਲੂ ਉਦੋਂ ਤਾਂ ਪੁੱਛਿਆ ਨੇ ਮੈਂ ਖੀਰ ਨਹੀਂ ਖਿਲਾ ਦਿਆ, ਖੀਰ ਨਹੀਂ ਖਿਲਾ ਕਈ ਖਿਰ ਤਾਂ ਉਦੋਂ ਤੱਕ ਤਾਂ ਇੱਕ ਬੋਤਲ ਸੀ। ਮੈਂ ਜਾਂ ਛਾਪਾਂ ਦੁੱਧ ਦੁਰ ਕੇ ਸਾਂ, ਜਦੋਂ ਦੁੱਧ ਲਾਉਣਾ ਘਾਹ ਉਹਦਾ ਰੇਸ਼ਕੀਆਂ ਚਾਜ ਖਰਾਬ ਬਣੀ ਗਈ ਆਮ ਜੀਆਂ, ਤਾਂ ਦੁੱਧ ਤੱਕ ਇੱਕ ਬੋਤਲ ਸੀ ਤਾਂ ਮੈਂ ਇਸ ਬੋਤਲਾਂ ਹੋ ਸਕਣਾ ਥੋੜ੍ਹਾ ਵੈ ਦੁੱਧ ਹੈ। ਹੋਰ ਅਸਾਂ ਉੱਠਦੇ ਉੱਠਦੀਆਂ ਜਾਣਾ ਬਾਹਰ ਮੂੰਹ ਦੇਣੇ ਦਿਲ ਸਾਜ਼ ਨਾ, ਹੁਣ ਇਹ ਧੁੱਪ ਨਹੀਂ ਰਹੀ ਚੜ ਪਈ ਗਿਆ, ਥੋੜ੍ਹਾ ਥੋੜ੍ਹੀ ਘੜੀਆਂ ਲੱਗੀਆਂ ਗੀਆਂ ਦੁੱਧ ਲਗਾਉਣਾ ਖਿਆਲ, ਥੋੜ੍ਹੀ ਘੜੀਆਂ ਲੱਗੀਆਂ ਤਾਂ ਟੁਰਨੇ ਵਾਸਤੇ ਤਾਂ ਪਤਾ ਲੱਗਣਾ ਦੇ ਜੀਆਂ ਅਸੀਂ ਨਾ ਸੇਕ ਪਿੱਛਾ ਕੋਈ ਭੁੱਲੀ ਪਏ ਅਸੀਂ ਨਾ ਸੇਕ ਲਿਖਣਾ ਪਿੰਨੇ ਕੁਝ ਵੀ ਕੇ ਪਿੱਛਾ ਰੋਲਾ ਘੁੰਮਦਾ ਹੁੰਦਾ ਉਹਨੇ ਮਾਰ ਧਵਾ ਲਿਖਦੀ ਆ ਡਰੀ ਗਈ ਮੈਂ ਕਿਹਾ ਘੁੰਮਦਾ ਪਿੱਛੇ ਨਾ ਆਇਆ ਪੂਰੇ ਆਪਣੇ ਗੁੰਦੇ ਉਹਨੇ ਮਾਰਦੇ ਆਪਣੀ ਬੋਤਲਾਂ ਜਿਹੜੇ ਬੁਣੇ ਉਹ ਆਪਣੇ ਕੀ ਪਕਾਣੇ ਚੀਜ਼ਾਂ ਇੱਥੋਂ ਤਾਂ ਆਪਣੇ ਬੋਤਲਾਂ ਪਕਾਣੇ ਬੁਣੇ ਮਾਰਨੇ ਡਰਾਈ ਖਰਾਬ ਕੋਲੋਂ ਖਾਮੋਸ਼ੀ ਸੀ ਖਬਰ ਫਿਰ ਤੁਹਾਨੂੰ ਇਕਦਮ ਰੋਲਾ ਪਿਆ ਨੇ ਮਾਰਾ ਤਰਾਸ ਲਿਖਦੀ ਆ ਮੈਂ ਕਿਹਾ ਗਿਆ ਪਿੱਛੇ ਤੁਹਾਨੂੰ ਦੋ ਧਾਰ ਤੁਸੀਂ ਬੋਤਲਾਂ ਮਾਰਨੇ ਤਾਂ ਤੁਸੀਂ ਕਿੰਨੀਆਂ ਹੀ ਹੁੰਦਾ ਇਹ ਡੱਬੂ ਕਰੀਮ ਆਉਂਦੀ ਆ ਕਿੰਨੇ ਪਾਲੋ ਕਿੰਨੇ ਜੋਰੀ ਜਰੀ ਡੱਬੇ ਥੇ ਸੀ ਫਿਰ ਜਦੋਂ ਤੱਕ ਉਹ ਸੀ ਡੇਢ ਖਤਮ ਹੋਈ ਵੀ ਮੈਂ ਕਿ ਇੰਜਣਾ ਇੱਥੋਂ ਉੱਥੇ ਜਦ ਅਸੀਂ ਰੱਖੀ ਹੋਣਾ ਉਹਦਾ ਸਾਹ ਵੀ ਜਰੀ ਕਈ ਵਾਰੀ ਕੁੱਟਣੇ ਮੇਰੇ ਨਾਲ ਇਸਤੇਮਾਲ ਕਰਨਾ ਇੱਥੋਂ ਹੀ ਚਾਵਲ ਬਹਿਣਾ ਤਾਂ ਡੇਢ ਇੱਕ ਬੋਤਲ ਦੁੱਧ ਨਹੀਂ ਬੈਠਦੀ ਇਹ ਚਾਵਲ ਜੇ ਖੀਰਨਾ ਲੈਣਾ ਇਹ ਬੋਤਲ ਲੂਣੇ ਰਹੇਗਾ ਜਿਸ ਪੇ ਪੈਕੁਟ ਸੀ ਨਾ ਦੋਵਾਂ ਡੱਬੇ ਬਾਈ ਤੇ ਮੈਂ ਰੱਖੀ ਰਹੇ ਸੀ ਇਸ ਡੱਬੇ ਲੈ ਕੇ ਨਹੀਂ ਰਹੀਆਂ ਦੇਖ ਜੇ ਰਹੇ ਨੇ ਤਾਂ ਇਹ ਭਰੀ ਸੀ ਬੋਤਲ ਤਾਂ ਇਹ ਬਾਈ ਡੇਢ ਬੋਤਲ ਦੁੱਧ ਨਹੀਂ ਬੈਠੀ ਅੱਗੇ ਇੱਕ ਤਾਂ ਬਣਾਈ ਸੀ ਖੀਰ ਨੂੰ ਦੋ ਵਾਰੀ ਬਣਾਈਆਂ ਤਾਂ ਰੂਹੇ ਅਫਜ਼ਾ ਵਿੱਚ ਮੈਂ ਬਹਿ ਸਕੀ ਰੂਹੇ ਅਫਜ਼ਾ ਤਾਂ ਇਹ ਮਾਰੀ ਭੈਣ ਉਸ ਕੰਮ ਕੀਤਾ ਸਾ ਹੈ ਰੂਹੇ ਅਫਜ਼ਾ ਖਜ਼ਾਨਾ ਇਹ ਫਲੂਦੇ ਹੀ ਬੈਕ ਕਰੋ ਤੇ ਏਸੀ ਨਾ ਬੈਕ ਕਰੋ ਖੀਰਨਾ ਨਾ ਬੈਕ ਕਰੋ ਪਤਾ ਵੀ ਖੀਰਨਾ ਨਹੀਂ ਬਹਿਣਾ ਖਾਲੀ ਬੈਠਣ ਇਹ ਰੂਹੇ ਅਫਜ਼ਾ ਸਾ ਬਹਿ ਖਾਣਾ ਚਾਹੀਦਾ ਤਾਂ ਨਿੱਕੇ ਇਤਨੇ ਖੁਸ਼ ਹੋਏ ਤਾਂ ਖਾਣੇ ਜਿਸ ਨਾਲ ਕੋਈ ਹਿਸਾਬ ਨਹੀਂ ਇਹ ਰੂਹੇ ਅਫਜ਼ਾ ਜਾਂਦਾ ਤਾਂ ਇਹ ਰਮਜ਼ਾਨ ਜਿਹੀਆਂ ਬੋਤਲਾਂ ਦੋ ਟਿੱਗੀਆਂ ਇਸ ਕਹਿੰਦਾ ਰਮਜ਼ਾਨ ਇੱਕ ਦਿਨ ਨਹੀਂ ਨਾ ਪੀਤਾ ਹਾਲ ਕਰੇ ਸਾਰੇ ਪੀਣੇ ਇਸਤੇਮਾਲ ਕਰਦੇ ਨਾ ਇਹਨੂੰ ਕਦੀ ਇੱਦਾਂ ਚੱਖਿਆ ਵੀ ਨਹੀਂ ਮੈਂ ਇਹਦਾ ਬਣਾਇਆ ਸਾ ਥਿਆ ਮੈਂ ਫਿਰ ਮੈਂ ਕੋਈ ਬਣਾਇਆ ਪੈ ਜਾਣਾ ਥਿਆ ਸਾ ਤਾਂ ਖੀਰਨਾ ਚ ਬੈਠਾ ਤਾਂ ਇਹ ਟੇਸਟ ਸੀ ਜ਼ੋਰ ਜਾਣੀ ਕਹਿੰਦਾ ਇਤਨੀ ਸੋਹਣੀ ਖੁਸ਼ੀ ਹੋਈ ਤਾਂ ਖਾਣੇ ਨਿੱਕੇ ਵੀ ਤਾਂ ਬੜੇ ਵੀ ਇਸ ਮੈਂ ਇੱਥੋਂ ਜਿਹਾ ਬੈਠੀ ਨਹੀਂ ਸੀਗਾ ਘੜੀਆਂ ਥੋੜ੍ਹੀਆਂ ਪੀ ਗਈਆਂ ਤਾਂ ਉਹਨਾਂ ਨਾਲ ਇਸ ਤਰ੍ਹਾਂ ਸੇਕ ਇਸ ਨਾਲ ਬਰ ਸੇਕ ਮੈਂ
ਛਾਪਾਂਗੇ ਤਾਂ ਖਿੱਚ ਕੇ ਛਾਪਾਂ ਲਗਾ ਜੀਆਂ ਇਹ ਪਾਕਿਸਤਾਨ ਨਹੀਂ ਟੁਰਾ ਤਾਂ ਦੱਸ ਸੇਕ ਨੇ ਤੂੰ ਪਾਏ ਤਾਲੇ ਚਾਰ ਸਾਲ ਕਣੀਆਂ ਤੁਸੀਂ ਲੱਗੇਗਾ ਸੇਕ ਲਿਖਣਾ ਵਿੱਚ ਜਿਵੇਂ ਜਿਉਂ ਪਸੀਨਾ ਆਇਆ ਦੂਰ ਤੋਂ ਜਾਏਗਾ ਪੱਖਾ ਲਗਾ ਵਾ ਲਿਆ ਕਿਚਨੇ ਲਿਖਣੀਆਂ ਉਹਨਾਂ ਦੇਖਣ ਲਗਾ ਮੂੰਹ ਸੁਣਾ ਗੁੱਟ ਕੀਤਾ ਵਾ ਅਤੇ ਪਸੀਨਾ ਆਇਆ ਵਾ ਮੁਲਕਾਂ ਨਾਲ ਬਾਥਾ ਜਾ ਸੋ ਨਹੀਂ ਤਾਂ ਲਿਖ ਸੋ ਜੀਆਂ ਪਾਕਿਸਤਾਨ ਕੱਪੜੇ ਲੈਣੇ ਉਹ ਸਿੱਜੇ ਦੇ ਪਸੀਨੇ ਦਾ ਉਹ ਸਾਫ ਬਣਤਾ ਵਾ ਇੱਥੇ ਵੀ ਗਰਮੀ ਦਵਾਈ ਤਿਆਰ ਹੋਏਗੀ ਥੋੜਾ ਜਿਹਾ ਕੇਵੜਾ ਪਾਉਣ ਕੁਛ ਬੋਲ ਜਾਣਾ ਨਹੀਂ ਸੋਈ ਜਾਣੀ ਫਿਰ ਥੋੜੇ ਬੈਠੀ ਰਾਤ ਥੋੜੀ ਠੰਡੀ ਸੀਗਾ ਫਿਰ ਨੱਠ ਰੇ ਬੈਠੇ ਸੋਸ ਤੂੰ ਚਾਰ ਘਰ ਲਿਆ ਸੀ ਜੋ ਇੱਕ ਦੂਜੇ ਪੁੱਛਣਾ ਇਹ ਚੀਜ਼ ਨਹੀਂ ਸੀ ਇਹ ਨਹੀਂ ਸੀ ਇਸਦਾ ਮੈਂ ਕਦੀ ਪੁੱਛਿਆ ਬਈ ਬਤਾਓ ਵੀਡੀਓ ਲੈ ਕੇ ਹੋਰ ਇਹ ਗਰਮੀ ਦਾ ਕੋਈ ਲੈ ਕੱਲ ਸਾਨੂੰ ਲੈ ਸਾਨੂੰ ਕੋਈ ਲੈ ਵੀਡੀਓ ਮੈਂ ਕਦੇ ਪੁੱਛਿਆ ਮੈਂ ਵੀਡੀਓ ਲੈਣੀ ਤਾਂ ਕੀ ਮੀਂਹ ਫੋਨ ਕਰਦਾ ਫਿਰ ਮੈਂ ਪੁੱਛਣੀ ਇੱਥੋਂ ਘਰ ਲਿਆ ਸਾ ਉਹ ਸਾਵਾ ਜੀ ਜਦ ਭੇੜ ਦੇ ਘਰ ਬਹਿ ਨਾ ਜੇ ਮੈਂ ਭਿੰਡੀਆਂ ਤਾਂ ਗੋਸ਼ਤ ਮੇਥੀ ਦਾ ਪਾਲੂ ਲਾਈ ਸੀ ਸਬਜ਼ੀਆਂ ਖਾਲੀ ਸਬਜ਼ੀਆਂ ਦੇ ਸਾਗ ਆਣਸਾ ਤੇ ਇਹ ਬਣਾਸਾਂ ਦੱਸੀ ਜੀ ਬਣਾਸਾਂ ਸੁੱਕਾ ਵੀ ਬਣਾਸਾਂ ਤੇ ਸਬਜ਼ੀਆਂ ਸੁਜੀਆਂ ਸਨ ਇਹ ਨਾਲ ਨਹੀਂ ਗੋਸ਼ਤ ਚੂਜ਼ੇ ਨਾਲ ਚਾਹੀਦੀ ਗਰਮੀ ਹੈ ਇਤਨੀ ਫਾਇਦਾ ਹੋਈ ਗਿਆ ਇਤਨੀ ਜਿਸ ਤਰ੍ਹਾਂ ਸਾਰੇ ਗ੍ਰਾਮ ਦੂਰ ਬੈਠੀ ਸੀ ਪੱਖਾ ਹੀ ਲਗਾਵਾ ਤੇ ਕਮਰਾਉਣ ਆਇਆ ਤਾਂ ਆਮੀ ਕੱਪੜੇ ਬਦਲੀ ਕਰੀ ਸੀ ਮੂੰਹ ਸੁਹਾਵਾ ਵਧੇ ਤੇ ਕੱਪੜੇ ਜਿਹੀ ਬਦਲੀ ਕਰੀ ਸੀ ਨਹੀਂ ਮੈਂ ਬਾਤ ਕਰੀ ਸ਼ਾਮ ਕੱਪੜੇ ਬਦਲੀ ਕੀਤੇ ਤੇ ਫਿਰ ਮੈਂ ਬੈਠੀ ਸੀ ਕਮਰਾ ਮਿਸ਼ਾ ਪਾਲ ਗਈ ਕਮਰੀ ਹੈਗਾ ਫਿਰ ਕੱਪੜੇ ਪਤਲੇ ਮੈਂ ਲੋੜ ਨੇ ਕੱਪੜੇ ਜਿਹੇ ਮੁੱਟੇ ਤਾਂ ਕੋਈ ਨੀ ਹੈਗੀ ਰੰਗਾ ਦੀ ਤਾਂ ਪਤਾ ਕਿ ਇੱਦਾਂ ਮੁੱਟੇ ਤਾਂ ਲੋੜ ਮੁੱਟੇ ਫਿੱਟੇ ਕੋਈ ਨਹੀਂ ਵੱਡੇ ਕੱਪੜੇ ਮੈਂ ਲੱਗ ਰਹੇ ਇਸ ਮੈਂ ਜਿੱਦਾਂ ਕੱਪੜੇ ਜਿਹੇ ਸੀਗੇ ਗਰਮੀ ਹੋਈ ਨਾ ਜੇ ਪਿਛਲੇ ਸਾਲਾਂ ਨੇ ਰਹੇ ਨਾ ਜਿੱਦਾਂ ਇਸਤੇਮਾਲ ਕੀਤੇ ਕੱਪੜੇ ਮੈਂ ਸਤਨੀ ਨਾਲ ਰੱਖੀ ਉਹ ਮਿਲਾਣੀਗਾ ਫਿਰ ਉਹ ਤੇ ਇਸ ਸਾਲਾਂ ਨੇ ਕੋਈ ਨਾ ਲਾਣੀ ਦੀਆਂ ਬੁਸਾ ਦਾ ਚੰਗੇ ਪਤਾ ਹੀ ਕੱਸੇ ਵੀ ਮੁੱਟੇ ਨੀ ਹੁੰਦੇ ਵੀ ਹੁਣ ਇਸ ਬੜੀ ਤਿਆਰ ਹੋ ਗਈ ਅਸੀਂ ਬਸ ਡੂੰਘੇ ਡੂੰਘੇ ਬਹਿ ਨਾ ਕੱਸਾਂ ਚੰਗੀ ਠੰਡੀ ਠੰਡੀ ਰੱਖ ਜੇ ਰੱਖਾਂ ਸਵੇਰ ਠੰਡੀ ਹੀ ਨਹੀਂ ਦਿੰਦਾ ਗਰਮੀ ਸੀ ਬੂਹ ਹੋਰ ਕਿਤਾਬ ਵੀ ਨਹੀਂ ਛੋਟੀ ਜਿਹੀ ਵੀਡੀਓ ਸੀ ਇਸ ਵਿਚਾਰ ਬੰਦਾ ਸ਼ੇਅਰ ਕਰੀ ਦੱਸੋ।
ਮੈਂ ਨਾਤੀ ਕੱਢੀ ਦੋ ਖੀਰ ਪਣੀ ਤਿਆਰ ਹੈਗੀ ਹੈ ਸਬਜ਼ੀ ਪਹਿਲਾਂ ਪਈ ਗਈ ਸੀ ਵਿੱਚ ਫਿਰ ਪਿਸਤਾ ਹੁਣ ਪਿਆ ਸਵੇਰਾ ਚਾਹ ਕੋ ਪੀਤਾ ਸਾਂ ਦੋ ਬਿਸਕੁਟ ਲੈ ਖਾਦੇ ਸੀ ਇਸੇ ਜਗ੍ਹਾ ਜਾਣਾ ਉੱਥੋਂ ਜੀ ਖੀਰ ਮੇਰੇ ਖਾਧੀ ਹੈ ਉਹ ਰੋਟੀ ਰੋਟੀ ਇੱਕ ਚੀਜ਼ ਖਾਵਾ ਜੇ ਜਮਾਨੇ ਭੈਣਾਂ ਤੋਂ ਖੀਰ ਪਸੰਦ ਉਹ ਖਾਓ ਸੋ ਬਿਸਮਿਲਲਾ ਬਾਈ ਤੁਹਾਨੂੰ ਖਾਈ ਦੀਆਂ ਸੀ ਕੁੜੀਆਂ ਮੁੰਡੇ ਜਿਵੇਂ ਗੇਟ ਸੀ ਖੀਰ ਬਾਈ ਬਾਈ ਕਿੱਥੇ ਡੂੰਘੀ ਬਾਈ ਰੱਖੀ ਪਲੇਟਾਂ ਬਾਈ ਅੰਦਰ ਜਾਈ ਬੀ ਨਾ ਖਾਈ ਤਾਂ ਬਹੁਤ ਮਜ਼ੇ ਦੀ ਬਣਦੀ ਤਾਂ ਅੱਜ ਰੂਹੇ ਬਜ਼ਾਰ ਕੋਈ ਬਹਿ ਮਾਰੀ ਭੈਣ ਹੋ ਸਕਿਆ ਸਰ ਅੱਜ ਸਰ ਮੈਂ ਬਹਿ ਕੇ ਖਿਆ ਬਹੁਤ ਖੁਸ਼ੀ ਤਾਂ ਖਾਣੇ ਤਾਂ ਉਹ ਹੀ ਬੁਸਰੀ ਚਲੀਆਂ ਉਸ ਤਰ੍ਹਾਂ ਤਾਂ ਖਾਲੀ ਕੇਵੜਾ ਪਿਆ ਰੂਹੇ ਬਜ਼ਾਰ ਕੋਈ ਬਹਿ ਮੈਂ ਕਿਹਾ ਨਹੀਂ ਚੰਗਾ ਲਗਾ ਦਿੱਤਾ ਤਾਂ ਫਿਰ ਕੰਮ ਕਿਸੇ ਬਹੁ ਜੇ ਤਾਂ ਬੋਲਾ ਵਾ ਤਾਂ ਪੇਟਾ ਬਈ ਖੀਰ ਤਾਂ ਬਈ ਕਿਸੇ ਖਾਣੇ ਦੇ ਲਵਾ ਤਾਂ ਕੰਮ ਸਾਰੀ ਕਿਸੇ ਬਹੁ ਇਹ ਅੱਜ ਮਾਰੀ ਕੁੱਕੀ ਹੋਈ ਹੈ ਬੂ ਔਖੀ ਹੋਈ ਹੈ ਇਹ ਵੀ ਬੂ ਔਖੀ ਕੀਤੀ ਹੈ ਕਿਤਨੇ ਖਾ ਲੈਣੇ ਸਾਲਾਂ ਤੋਂ ਪਹਿਲੀ ਗਰਮੀ ਸੀ ਬਲੱਡ ਪ੍ਰੈਸ਼ਰ ਹੋਈ ਵਾ ਵਾ ਕਿਹਾ ਕਿਤਨਾ ਸਿਰ ਕੀ ਦੱਬ ਗਿਆ ਮੈਨੂੰ ਅੱਲੂਆਂ ਵਾਲੇ ਕੱਪੜੇ ਇੱਥੇ ਤੇ ਇਸਤਰੀ ਕਰਨੇ ਜੋ ਗਿਆ ਤਾਂ ਮੈਂ ਆਪ ਹੀ ਲਿਆ ਜੇ ਇਸਤਰੀ ਤੋਂ ਜਾਣ ਦਿਲ ਨਹੀਂ ਸੀ ਹੁਣ ਲਾ ਲਈ ਮਸ਼ੀਨ ਅੱਗੇ ਕੱਪੜੇ ਧੋਤੇ ਚਲੋ ਜੀ ਬਾਰਿਸ਼ ਆਉਂਦਾ ਸੀ ਲਈ ਸੀ ਤਾਰਾ ਪੁੱਟੀ ਗਈ ਟੁੱਕੀ ਪਈ ਵੀ ਕਿ ਸਫੇ ਪੇ ਵੇ ਤੇ ਮੈਦੇ ਚ ਮਸ਼ੀਨੇ ਬਹਿ ਖੜੇ ਅਸੀਂ ਤੁਹਾਨੂੰ ਮਸ਼ੀਨ ਲਾਸਾਂ ਇਹ ਤੋਂ ਜਾ ਸੁਣ ਜੇ ਠਦਾ ਵਾਣ ਕੋ ਕਸਾ ਇਸੀ ਨਹੀਂ ਰਹਿ ਜਿਹਦਾ ਇੱਕ ਕਪੜਾ ਚਾਹੀ ਲੋਈ ਨਾ ਸੀ ਨਾ ਇਸੀ ਕਰਦੇ ਨੇ ਸੁਣ ਹਾਈ ਵੀ ਫਲ ਤਾਂ ਯਾ ਤਾਂ ਮੰਨਾ ਸੋ ਜੇ ਸਫਾਈ ਕੀ ਚਾਹੀ ਮਚੂੜੀ ਕਈ ਕਰਾਂ ਤਾਂ ਫਿਰ ਜਾਣੇ ਜੋ ਆਪਣਾ ਤੇ 10 ਹੋ ਗਏ ਮੋ ਤੇ 10 ਆ ਅਮੀ ਕੋ ਜਾਸੋ ਜੇ ਉਹਨਾਂ ਨੇ ਫੋਟੋ ਕੋਈ ਜੀ ਪਛਾਣ ਉਹਨੇ ਬਹੁਤ ਬਹੁਤ ਥੈਂਕ ਯੂ ਮੈਂ ਬਹੁਤ ਹੀ ਗੱਲ ਪਾਣੀ ਦਾ ਮੈਂ ਬਹੁਤ ਬੋਲਣਾ ਉਹਨਾਂ ਨੇ ਬਹੁਤ ਬਹੁਤ ਥੈਂਕ ਯੂ ਤਾਂ ਅੱਜ ਇਹ ਨੋਰਮਲ ਜੀ ਵੀਡੀਓ ਨਹੀਂ ਆ ਖਾਸ ਵੀਡੀਓ ਕੋਈ ਥਿਆ ਤਾਂ ਮੈਂ ਚਲੋ ਲੈ ਚਲੋ ਕੱਲ੍ਹ ਖੁਸ਼ੀ ਦਾ ਇਸ ਵਾਰ ਸੇਲ ਕੋਈ ਸੀ ਜਿਸ ਠੀਕ ਹੋਦਾ ਇਹ ਸਾਰੇ ਬਹੁਤ ਬਹੁਤ ਥੈਂਕ ਯੂ ਜੇ ਜਿੱਥੋਂ ਜਿੱਥੋਂ ਮੈਂ ਜਿੱਥੇ ਗਏ ਤਾਂ ਇਸ ਕੱਲ੍ਹ ਆਂਟੀ ਆਖਦੇ ਅੱਲਾ ਸੋ ਸਾਰੇ ਇੱਕੋ ਹੀ ਰੱਖਿਆ ਤਾਂ ਸਾਰੇ ਵੀ ਜਾਵਾਂ ਅੱਲਾ ਤਾਲਾ ਕਮਯਾਬ ਕਰ ਦਿਆ ਦੀ ਜਿਹੜੇ ਮਾੜੇ ਵੀਡੀਓ ਤੱਕ ਨਹੀਂ ਤਾਂ ਮੁੰਡੇ ਮੁੰਡੇ ਕਾਊਂਟ ਕਰਨ ਦੀ ਉਹਦਾ ਸਾਰੇ ਖੁਸ਼ ਰੱਖਿਆ ਕੋਈ ਗੱਲ ਕਰਦਾ ਹੈ ਅੱਲਾ ਤਾਲਾ ਸਾਰੇ ਦੇ ਕੰਮ ਤੋਂ ਦੂਰ ਕਰੇ ਚੰਗੀਆਂ ਕੰਮਾਂ ਅੱਲਾ ਤਾਲਾ ਕਿਉਂ ਯਾਦ ਕਰਦਾ ਹੈ ਦੇ ਅੱਲਾ ਸੁਣਨ ਵਾਲਾ ਇੱਥੇ ਵੀਡੀਓ ਰੇਟ ਕਰਸੋ ਤੇ ਫਿਰ ਚੁੱਲਾ ਚੁੱਲਾ ਸਾਫ਼ ਕਰਸੋ ਸਾਫ਼ ਕਰਨ ਦਾ ਸੱਚਾ ਕਰੋ ਜੇ ਕੀ ਗੱਲ ਹੈ ਸੁਲਾ ਫਿਰ ਮੈਂ ਇਹ ਰਾਤਾਂ ਦਾ ਕੰਮ ਸ਼ੁਰੂ ਕਰੀ ਕਿੰਦਾ ਦਾ ਉਹ ਤਾਂ ਉਹ ਕੰਮ ਤਾਂ ਬਲੇਟ ਹੀ ਨਾ ਸਕੂਲੇ ਫਿਰ ਸਦਾਤੀ ਚਿਰਕਾ ਜੇ ਬੁਕਲਾ ਥਿਆ ਉਹ ਕਈ ਦਫ਼ੇ ਦੇ ਚੁੱਲੀ ਨਾ ਤੇ ਅੱਲਾ ਸੁਣਨ ਵਾਲਾ ਜੇ ਕੱਲ ਕੋਈ ਵੀਡੀਓ ਬੱਤੀ ਮਿਸੋਸ ਕਰ ਦੋ ਜੇ ਨਾ ਬੱਤੀ ਤਾਂ ਦਸ ਬਾਅਦ ਚੱਲੀਆਂ ਜੇ ਵੀਡੀਓ ਕਾਰੀ ਨਹੀਂ ਕੋਈ ਗੱਲ ਨਹੀਂ ਸੀ ਇਹ ਸ਼ਾਰ ਸੀ ਗਿਆ ਤਾਂ ਉਹਦਾ ਜੇ ਲੈ ਗਿਆ ਉਹ ਖਰਾਬ ਹੋ ਗਈ ਸੀ ਤਾਂ ਇਹ ਉਹਦਾ ਮੈਂ ਸੀਧੇ ਦੇਖੀ ਨਹੀਂ ਮੈਂ ਸਿਰਫ ਦੱਸ ਸਭ ਕੋ ਕੋਣਾ ਤਾਂ ਕਿਸੇ ਦਾ ਕੰਟਰੋਲ ਲੈ ਗਿਆ ਤਾਂ ਮੁਰੀ ਤੱਕੀ ਦੂਰ ਦਾ ਰਹਿ ਮੈਂ ਜੇ ਸਲੋ ਸਲੋ ਹੋ ਗਿਆ ਉਹ ਕਹਿੰਦਾ ਸਲੋ ਵੀ ਸਾਬ ਹੈ ਉਹ ਇਹ ਗੰਦ ਬਲਾਸ ਥਿਆ ਕੋ ਚੰਗਾ ਆ ਜੇ ਧੁੱਪ ਬੂਸੀ ਦਾ ਤੇ ਕਲੀਰ ਨਹੀਂ ਆਈ ਇਸ ਕੋ
ਕਲੀਅਰ ਨਹੀਂ ਆਈ ਤੂੰ ਤੂੰ ਮੂਸੀ ਤਾਂ ਕਲੀਅਰ ਨਹੀਂ ਆਈ ਤੂੰ ਦੀਜੀ ਹੈ ਇਹ ਪੁੱਛਣ ਵਾਲੀ ਗਿਆ ਲਸਣ ਵਾਲਿਆ ਭਾਜੀ ਗਾ ਪੈਰਾਂ ਅੱਠ ਕਰ ਦਿੱਤਾ ਤੀਕਾ ਤੱਕ ਮੇਰੇ ਮਾਈ ਤੂੰ ਪਿਆਰ ਭਰਿਆ ਸਲਾਮ ਸਾਰੀ ਕਰਤੀ ਲਸਣ ਵਾਲੀ